ਸਕੂਲ ਆਫ ਐਮੀਨੈਂਸ ਦੇ ਵਿੱਚ ਇਸ ਸਾਲ, ਪਿਛਲੇ ਸਾਲ ਸਾਡੇ ਕੋਲ 8,000 ਬੱਚੇ ਸੀ, ਇਸ ਸਾਲ ਸਾਡੇ ਕੋਲ ਸਾਡੇ 14 ਸਕੂਲ 117 ਦੇ ਵਿੱਚੋਂ ਤਿਆਰ ਹੋ ਕੇ ਕੰਮ ਕਰ ਰਹੇ ਨੇ ਅਤੇ 13 ਸਕੂਲ ਹੋਰ ਤਿਆਰ ਹੋ ਚੁੱਕੇ ਨੇ ਜੋ 15 ਅਗਸਤ ਦੇ ਆਸ ਪਾਸ ਜਿਹਨਾਂ ਨੂੰ ਅਸੀਂ ਲਾਂਚ ਕਰ ਦਾਂਗੇ। 14 ਅਤੇ 13 ਯਾਨੀ 27 ਸਕੂਲ ਸਾਡੇ ਬਾਏ ਮਿਡ ਅਗਸਤ ਤੱਕ ਸਾਰੇ ਤਰੀਕੇ ਨਾਲ ਤਿਆਰ ਹੋ ਜਾਣਗੇ। ਬਾਕੀ ਸਕੂਲਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਨਫਰਾਸਟਰਕਚਰ ਦਾ ਕੰਮ ਚੱਲ ਰਿਹਾ, ਪਰ ਐਡਮਿਸ਼ਨ ਲਗਭਗ 100 ਸਕੂਲਾਂ ਦੇ ਵਿੱਚ ਹੋ ਚੁੱਕੀ ਹੈ ਅਤੇ ਆਲਰੇਡੀ ਅਸੀਂ 14,000 ਦਾ ਜਿਹੜਾ ਇਸ ਸਾਲ 14,000 ਤੋਂ ਵੱਧ ਬੱਚੇ ਜਿਹੜੇ ਹੈ ਉਹਨੇ ਐਡਮਿਸ਼ਨ ਲਈ ਹੈ। ਤਾਂ ਇੱਕ ਸਾਲ ਦੇ ਵਿੱਚ ਹੀ ਜਿਹੜੇ ਬੱਚਿਆਂ ਦੀ ਗਿਣਤੀ ਉਹ ਡਬਲ ਹੋਈ ਹੈ ਅਤੇ ਵਿਦ ਟਾਈਮ ਸਾਡਾ ਟਾਰਗੇਟ ਅਗਲੇ 1.5 ਸਾਲਾਂ ਦੇ ਵਿੱਚ 117 ਦੇ 117 ਕਿਤੇ ਕਿਤੇ ਸਾਨੂੰ ਸਕੂਲ ਬਿਲਕੁਲ ਨਵਾਂ ਬਣਾਉਣਾ ਪੈਣਾ, ਜਿਵੇਂ ਮੋਗੇ ਦੇ ਵਿੱਚ, ਮਾਨਸਾ ਦੇ ਵਿੱਚ, ਸ਼ਹਿਰ ਦੇ ਵਿੱਚ, ਜਿਵੇਂ ਵਾਰਡ ਨੰਬਰ 3 ਹੈ ਲੁਧਿਆਣੇ ਦੇ ਵਿੱਚ ਜਿੱਥੇ ਆਪਣਾ ਤੁਹਾਡਾ 3 ਨੰਬਰ ਡਿਵੀਜ਼ਨ ਹੈ, ਉਹ ਸਕੂਲ ਐਕਸਪੈਂਡ ਹੀ ਨਹੀਂ ਹੋ ਸਕਦਾ ਜਿਹੜੇ ਸ਼ਹਿਰ ਉੱਥੇ ਬਿਲਕੁਲ ਗ੍ਰੀਨ ਫੀਲਡ, ਉੱਥੇ ਟਾਈਮ ਲੱਗੂਗਾ। ਪਰ ਜਿੱਥੇ ਇੱਥੇ ਸਾਡੇ ਕੋਲ ਜਗ੍ਹਾ ਹੈ, ਵੀ ਆਰ ਮੇਕਿੰਗ ਨਿਊ ਬਿਲਡਿੰਗਸ ਅਤੇ ਬਹੁਤ ਸਾਰੇ ਸਕੂਲਾਂ ਦਾ ਕੰਮ ਜਿਹੜਾ ਹੈ ਉਹ ਚੱਲਦਾ ਪਿਆ। ਇਸ ਤੋਂ ਇਲਾਵਾ ਸਾਡਾ ਇੱਕ ਡੈਲੀਗੇਸ਼ਨ ਜਿਹੜਾ ਹੈ ਬਹੁਤ ਜਲਦੀ ਫਿਨਲੈਂਡ ਵੀ ਜਾਊਗਾ। ਸਕੂਲਸ ਆਫ ਹੈਪੀਨੈਸ ਦੀ ਸ਼ੁਰੂਆਤ ਇਸ ਸਾਲ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਅਤੇ ਇਸ ਸਾਲ ਦੇ ਅਖੀਰ ਤੱਕ ਸਕੂਲ ਆਫ ਹੈਪੀਨੈਸ ਸ਼ੁਰੂ ਹੋ ਜਾਊਗਾ। ਸਕੂਲ ਆਫ ਹੈਪੀਨੈਸ ਪੂਰੇ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਹੋਊਗਾ ਜੋ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਕੁਛ ਬੁਨਿਆਦੀ ਤੌਰ 'ਤੇ ਕਰ ਰਿਹਾ। ਬਿਲਕੁਲ ਨਵੇਂ ਕਿਸਮ ਦੇ ਸਕੂਲ ਹੋਣਗੇ ਅਤੇ ਸਾਡਾ ਉਸਦੇ ਲਈ ਸਾਡੇ ਡੈਲੀਗੇਸ਼ਨ ਆਫ ਫਿਨਲੈਂਡ ਵੀ ਜਾਣਗੇ ਅਤੇ ਸਾਡੇ ਜਿਹੜੇ ਹੈੱਡ ਟੀਚਰਸ ਨੇ ਉਹ ਫਿਨਲੈਂਡ ਜਾਣਗੇ। ਪਿਛਲੇ ਸਾਲ ਆਪਾਂ ਪ੍ਰਿੰਸੀਪਲ ਭੇਜੇ ਸੀ, ਅੱਜ ਸਾਡੇ ਮੋਸਟ ਆਫ ਦਾ ਪ੍ਰਿੰਸੀਪਲਸ ਜਿਨ੍ਹਾਂ ਦੀ ਸਰਵਿਸ ਪਈ ਹੈ ਦੇ ਆਰ ਸਿੰਗਾਪੁਰ ਟ੍ਰੇਨਡ। ਇੱਦਾਂ ਹੀ ਸਾਡੇ ਅਸੀਂ ਹੈੱਡ ਮਾਸਟਰਸ ਅਹਿਮਦਾਬਾਦ ਭੇਜੇ ਸੀ, ਹੁਣ ਪ੍ਰਾਇਮਰੀ ਟੀਚਰਸ ਦੀ ਵਾਰੀ ਉਹਨੂੰ ਅਸੀਂ ਫਿਨਲੈਂਡ ਭੇਜ। ਦੇਖੋ ਜੀ ਲਗਾਤਾਰ ਇਟਸ ਮੈਂ ਤੁਹਾਨੂੰ ਦੱਸਾਂ ਕਿ 20,000 ਸਕੂਲ ਹੈ, ਇੱਕ ਬਹੁਤ ਵੱਡਾ ਪ੍ਰੋਸੈਸ ਹੁੰਦਾ, ਪਰ ਅਸੀਂ ਆਪਣੇ ਡੀਓਜ਼ ਦੇ ਥਰੂ ਪੂਰੀ ਜ਼ਿੰਮੇਦਾਰੀ ਦੇ ਨਾਲ ਹਰ ਸਾਲ ਮੰਗਵਾਉਂਦੇ ਹਾਂ। ਪਿਛਲੇ ਸਾਲ ਅਸੀਂ ਇੱਦਾਂ ਦੇ ਸਕੂਲ ਆਈਡੈਂਟੀਫਾਈ ਕਰਾਏ ਸੀ, 1200 ਇੱਦਾਂ ਦੇ ਸਕੂਲ ਆ ਜਿਨ੍ਹਾਂ ਦੇ ਵਿੱਚ ਜੋ ਇਹ ਤਾਂ ਨਹੀਂ ਅਨਸੇਫ ਤਾਂ ਨਹੀਂ ਕਹਿ ਸਕਦੇ, ਪਰ ਜਿਨ੍ਹਾਂ ਦੇ ਵਿੱਚ ਜਿਹੜੇ ਕਿਉਂਕਿ ਆਸ ਪਾਸ ਦਾ ਜਿਹੜਾ ਹੈ ਸੜਕਾਂ ਕਹਿ ਲਓ ਬਹੁਤ ਉੱਚੀਆਂ ਹੋ ਚੁੱਕੀਆਂ, ਉੱਥੇ ਅਗਰ ਇੱਕ ਘੰਟਾ ਵੀ ਬਰਸਾਤ ਪੈਂਦੀ ਹੈ ਤਾਂ ਸਾਰੇ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ। ਉਹਨਾਂ ਸਕੂਲਾਂ ਦੇ ਵਿੱਚੋਂ 350 ਤੋਂ 400 ਸਕੂਲ ਅਸੀਂ ਠੀਕ ਕਰਾ ਤਾ ਜਿੱਥੇ ਤੁਸੀਂ ਅੰਡਰ ਵਾਟਰ ਟ੍ਰੀਟਮੈਂਟ ਕਰਾ ਕੇ ਕੁਛ ਨਾ ਕੁਛ ਪਾਣੀ ਚਲੇ ਜਾਂਦਾ, ਪਰ ਹਜੇ ਵੀ 500-600 ਸਕੂਲ ਇੱਦਾਂ ਦਾ ਹੈ ਜਿੱਥੇ ਜਾਂ ਤਾਂ ਢਾ ਕੇ ਨਵਾਂ ਬਣਾਉਣਾ ਪੈਣਾ ਜਾਂ ਬਹੁਤ ਜ਼ਿਆਦਾ ਭਰਤ ਪੈਣੀ ਹੈ ਉਹਨਾਂ ਦੇ। ਫਸਟ ਥਿੰਗ ਇਜ਼ ਕਿ ਜਿਹੜਾ ਤੁਸੀਂ ਦੇਖਿਆ, ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਸਾਡੇ ਸਰਵ ਸਿੱਖਿਆ ਅਭਿਆਨ ਦੇ ਪੈਸੇ ਜਿਹੜੇ ਆ ਉਹ ਪਿਛਲੇ ਸਾਲ ਦੇ ਵੀ ਰੁਕੇ, ਇਸ ਸਾਲ ਦੇ ਵੀ ਨਹੀਂ ਆਏ, ਜਦਕਿ ਪੈਬ ਦੀ ਰਿਪੋਰਟ ਜਿਹੜਾ ਪ੍ਰੋਜੈਕਟ ਅਪਰੂਵਲ ਬੋਰਡ ਹੈ ਉਸਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਪੂਰੇ ਦੇਸ਼ ਦੇ ਵਿੱਚ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਇੰਨੀ ਇੰਪਰੂਵਮੈਂਟ ਕੀਤੀ ਹੈ ਸਰਵ ਸਿੱਖਿਆ ਅਭਿਆਨ ਦੇ, ਜਿਹੜੇ ਪੈਸੇ ਕਦੀ ਵਰਤੇ ਨਹੀਂ ਜਾਂਦੇ ਸੀ। ਪੈਬ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਹੈਜ਼ ਸੈਟ ਐਨ ਐਗਜ਼ਾਮਪਲ ਅਤੇ ਹਰਿਆਣੇ ਨੂੰ ਵੀ ਪੰਜਾਬ ਤੋਂ ਸਿੱਖਣਾ ਚਾਹੀਦਾ ਕਿ ਪੈਸੇ ਕਿਵੇਂ ਖਰਚੋ, ਕਿ ਤੁਸੀਂ ਇਨਫਰਾਸਟਰਕਚਰ ਦੇ ਉੱਤੇ, ਕੋਚਿੰਗਸ ਦੇ ਉੱਤੇ, ਟ੍ਰੇਨਿੰਗ ਦੇ ਉੱਤੇ ਜਿਹੜੇ ਪੈਸੇ ਲਾਏ ਆ। ਡਿਸਪਾਈਟ ਦੈਟ ਇਹ ਬੜੀ ਸੈਡ ਗੱਲ ਹੈ ਕਿ ਜਿਹੜੇ ਸਾਡੇ ਜਿਹੜੇ ਆ ਪੈਸੇ ਰੋਕੇ ਗਏ ਆ, ਇੱਕ ਫੈਡਰਲ ਸਟਰਕਚਰ ਦੇ ਉੱਤੇ ਜਿਹੜਾ ਹੈ ਸਾਡੇ ਦੇਸ਼ ਦੇ ਢਾਂਚੇ ਦੇ ਉੱਤੇ ਹਮਲਾ, ਜਿਹੜਾ ਸਟੇ ਜਿਹੜਾ ਐਜੂਕੇਸ਼ਨ ਹੈ
ਇੱਕ ਸਟੇਟ ਸਬਜੈਕਟ ਹੈ, ਕੌਨਕਰੈਂਟ ਸਬਜੈਕਟ ਹੈ, ਸਟੇਟ ਇਜ਼ ਇੰਪਾਵਰਡ, ਸਾਡੀ ਮਰਜ਼ੀ, ਤੁਸੀਂ ਇੱਕ ਫਰੇਮਵਰਕ ਬਣਾਇਆ, ਇਹ ਸਟੇਟ ਦੀ ਮਰਜ਼ੀ ਹੈ ਕਿ ਕਿਹੜੇ ਸਕੂਲ ਬਣਾਉਣੇ ਆ, ਕਿਹੜੇ ਨਹੀਂ ਬਣਾਉਣੇ, ਤੁਹਾਡੇ ਕੋਲ ਬਹੁਤ ਕੁਛ ਹੈ, ਤੁਸੀਂ ਉੱਥੇ ਕੰਮ ਕਰੋ ਨਾ, ਐਂਡ ਅਗਰ ਅਸੀਂ ਉਹ ਨਹੀਂ ਕਰ ਰਹੇ ਤਾਂ ਅਸੀਂ ਪੈਸੇ ਰੋਕ ਰਹੇ ਹੋ, ਇਕੱਲਾ ਪੰਜਾਬ ਨਾਲ ਨਹੀਂ, ਦਿੱਲੀ ਨਾਲ, ਵੈਸਟ ਬੰਗਾਲ, ਹੋਰ ਵੀ ਬਹੁਤ ਸਾਰੀਆਂ ਸਟੇਟਾਂ ਨੇ, ਤਾਂ ਇਹ ਬਾਮ ਰੋਡ ਕੰਮ ਹੈ, ਅਤੇ ਉਹ ਸਾਰਾ ਕੁਛ ਜਿਹੜਾ ਪਲਾਨ ਹੈ ਉਹ ਵੀ ਸਾਡੇ ਤੋਂ ਹੀ ਚੋਰੀ ਕੀਤਾ। ਸਕੂਲ ਆਫ ਐਮੀਨੈਂਸ ਅਸੀਂ ਬਣਾ ਚੁੱਕੇ ਹਾਂ, ਅਸੀਂ ਅੱਗੇ ਕਦਮ, ਅਸੀਂ ਬਹੁਤ ਅੱਗੇ ਚੱਲ ਚੁੱਕੇ ਹਾਂ। ਇਸ ਵਾਰੀ ਤਾਂ ਦੂਜਾ ਸਾਲ ਹੈ ਤੁਹਾਡੇ ਸਾਹਮਣੇ ਐਡਮਿਸ਼ਨਾਂ ਦਾ, ਤਾਂ ਦੂਜਾ ਤੁਸੀਂ ਪੁੱਛਿਆ ਜੀ ਕੋਚਿੰਗ ਦਾ, ਆਲਰੇਡੀ ਅਸੀਂ ਸਾਰੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਦੇ ਲਈ, ਜਿਹੜੇ ਮੈਂ 14,000 ਬੱਚੇ ਤੁਹਾਨੂੰ ਕਹਿ ਰਿਹਾ, ਜਿਨ੍ਹਾਂ ਵਿੱਚੋਂ 9ਵੀਂ ਦੇ ਵਿੱਚ ਲਗਭਗ 4,500 ਬੱਚੇ, ਅਤੇ ਬਾਕੀ ਸਾਰੇ ਬੱਚੇ 11ਵੀਂ 'ਚ ਨੇ 4 ਸਟ੍ਰੀਮਸ ਦੇ ਵਿੱਚ, ਉਹਨਾਂ ਦੇ ਲਈ ਅਸੀਂ ਇੱਕ ਪਰਮਾਨੈਂਟ ਕੋਚਿੰਗ ਪਾਰਟਨਰ, ਜਿਹਦੇ ਵਿੱਚ ਜਿਹੜੇ ਬੱਚੇ ਇੰਜੀਨੀਅਰਿੰਗ 'ਚ ਜਾਣਾ ਚਾਹੁੰਦੇ ਉਹਨਾਂ ਨੂੰ ਇੰਜੀਨੀਅਰਿੰਗ ਦੇ, ਜਿਹੜੇ ਮੈਡੀਕਲ 'ਚ ਮੈਡੀਕਲ, ਇਸ ਤੋਂ ਇਲਾਵਾ ਕਲੈਟ, UPSC, ਉਹਨਾਂ ਦੇ ਅਸੀਂ ਜਿਹੜੇ ਆ ਟੈਂਡਰ ਫਲੋਟ ਕੀਤਾ ਸੀਗਾ। ਮੈਨੂੰ ਜੋ ਦੱਸਿਆ ਗਿਆ ਕਿ ਦੇਸ਼ ਦੀਆਂ 3 ਸ਼ਾਨਦਾਰ ਏਜੰਸੀਜ਼, ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਅਸੀਂ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਦੇਖਦੇ, ਹੈਵ ਅਪਲਾਈਡ, ਬਟ ਇਟਸ ਅ ਟੈਂਡਰ ਪ੍ਰੋਸੈਸ, ਬਟ ਉਹ ਤਿੰਨੋਂ ਹੀ ਬਹੁਤ ਰੈਪਿਊਟਿਡ ਏਜੰਸੀਜ਼ ਨੇ। ਸੋ ਇਹਨਾਂ ਬੱਚਿਆਂ ਨੂੰ ਪਰਮਾਨੈਂਟ ਕੋਚਿੰਗ, ਅਤੇ ਇੱਕ ਚੀਜ਼ ਉਹ ਵੀ ਇਹਦੇ ਵਿੱਚ ਬੜੀ ਸਾਫ਼ ਕਰ ਦਿੱਤੀ ਹੈ, ਅਸੀਂ ਚਾਹੇ ਬੱਚੇ ਸਕੂਲ ਆਫ ਐਮੀਨੈਂਸ ਦੇ ਹੋਣ, ਚਾਹੇ ਮੈਰੀਟੋਰੀਅਸ ਸਕੂਲ ਦੇ ਬੱਚੇ ਹੋਣ, ਦੋਨਾਂ ਨੂੰ ਕੋਚਿੰਗ ਮਿਲੂਗੀ, ਚਾਹੇ ਉਹ। ਇਸ ਵਾਰੀ ਅਸੀਂ ਯੂਨੀਫਾਰਮ ਐਗਜ਼ਾਮ ਲਿਆ, ਚਾਈਲਡ ਹੈਜ਼ ਐਨ ਆਪਸ਼ਨ, ਬੱਚੇ ਕੋਲ ਆਪਸ਼ਨ ਸੀ ਕਿ ਉਹ ਮੈਰੀਟੋਰੀਅਸ 'ਚ ਜਾਣਾ ਚਾਹੇ ਚਾਹੇ ਸਕੂਲ ਆਫ ਐਮੀਨੈਂਸ, ਪਲੱਸ ਦਿਸ ਕੋਚਿੰਗ ਫੈਸਿਲਿਟੀ ਵਿਲ ਬੀ ਫੋਰ ਬੋਥ ਦਾ ਸਟੂਡੈਂਟਸ।